ਲੁਧਿਆਣਾ ਦੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦ ਚੋਰੀ ਦੇ ਮੋਟਰਸਾਈਕਲ ਗਿਰੋਹ ਨੂੰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕਰ ਲਿਆ। ਦੋਸ਼ੀ ਦੀ ਪਹਿਚਾਣ ਸੁਮਿਤ ਪੁੱਤਰ ਰਾਮਚੰਦਰ ਅਤੇ ਦੂਜੇ ਦੋਸ਼ੀ ਦੀ ਪਹਿਚਾਣ ਰਾਹੁਲ ਪੁੱਤਰ ਰਾਜੂ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ਿਆਂ ਵਿੱਚੋਂ 3 ਮੋਟਰਸਾਈਕਲ ਅਤੇ 1 ਐਕਟਿਵਾ ਬਰਾਮਦ ਕੀਤੀ ਹੈ। ਉੱਥੇ ਏਸੀਪੀ ਸਰਤਾਜ ਸਿੰਘ ਨੇ ਦੱਸਿਆ ਕਿ ਦੋਸ਼ੀ ਨਸ਼ੇ ਦੇ ਆਦੀ ਹਨ ਅਤੇ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ਕਾਰ ਇਨ੍ਹਾਂ ਕੋਲ ਪੁੱਛਗਿੱਛ ਕੀਤੀ ਜਾਵੇਗੀ। ਦੂਜੇ ਮੁਕੱਦਮੇ ਦੇ ਵਿੱਚ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦ ਦਿੱਲੀ ਦੀ ਨਿਵਾਸੀ ਸੋਨੀਆ ਦੇ ਕੋਲੋਂ 16 ਤਰੀਕ ਨੂੰ ਇੱਕ ਦੋਸ਼ੀ ਪਰਸ ਖੋਹ ਕੇ ਭੱਜ ਗਏ ਸਨ, ਜਿਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਦੋਸ਼ੀਆਂ ਦੇ ਕੋਲੋਂ ਚੋਰੀ ਕੀਤੇ ਗਏ 2 ਮੋਟਰਸਾਈਕਲ ਅਤੇ ਇੱਕ ਚੋਰੀ ਕੀਤਾ ਗਿਆ ਪਰਸ ਵੀ ਬਰਾਮਦ ਕੀਤਾ ਗਿਆ ਹੈ। ਦੋਸ਼ੀ ਦੀ ਪਹਿਚਾਣ ਪਰਮਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਅਤੇ ਏਸੀਪੀ ਸਰਤਾਜ ਸਿੰਘ ਨੇ ਦੱਸਿਆ ਕਿ ਆਰੋਪੀ ਪਰਮਜੀਤ ਸਿੰਘ ਦੇ ਹੋਰ ਵੀ ਕਈ ਥਾਣਿਆਂ ਦੇ ਵਿੱਚ ਪਰਚੇ ਦਰਜ ਨੇ। ਫਰਵਰੀ 2019 ਨੂੰ ਡਿਵੀਜ਼ਨ 8 ਦੀ ਪੁਲਿਸ ਨੇ ਸੀਕ੍ਰੈਟ ਇਨਫੋਰਮੇਸ਼ਨ ਪਾਉਣ ਤੇ 2 ਲੋਕਾਂ ਨੂੰ ਕਾਬੂ ਕੀਤਾ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਰਾਹੁਲ ਹੈ ਅਤੇ ਦੂਸਰੇ ਦਾ ਨਾਮ ਸੁਮਿਤ ਹੈ। ਇਹ ਦੋਨੋਂ ਮੁੰਡੇ ਰਖਬਾਗ ਨੇੜੇ ਗੁਰੂ ਨਾਨਕ ਸਟੇਡੀਅਮ ਦੇ ਸਾਹਮਣੇ ਜੋ ਹੈ ਉਸ ਦੀ ਪਾਰਕਿੰਗ ਵਿੱਚੋਂ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਇਹ ਪਹਿਲਾਂ ਵੀ ਅਜਿਹੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ। ਇਹ ਬੰਦਿਆਂ ਦੇ ਕੋਲੋਂ 4 ਵਹੀਕਲ ਰਿਕਵਰ ਹੋਏ ਹੈ, ਜਿਨ੍ਹਾਂ ਵਿੱਚੋਂ 3 ਸਪਲੈਂਡਰ ਮੋਟਰਸਾਈਕਲ ਹੈ ਅਤੇ 1 ਐਕਟਿਵਾ ਮੋਟਰ ਐਕਟਿਵਾ ਸਕੂਟੀ ਹੈ। ਅਤੇ ਇਹ ਜਿਹੜੀ FIR ਦੇ ਵਿੱਚ ਸ਼ਮੂਲੀਅਤ ਹੈ, ਇਹਦੇ ਵਿੱਚੋਂ ਇੱਕ ਹੋਰ ਮੁੰਡਾ ਹੈਗਾ ਜਿਸਦਾ ਨਾਮ ਹੈਗਾ ਰਾਹੁਲ ਹੈਗਾ ਗੁਲਸ਼ਨ ਕੁਮਾਰ ਔਰ ਵਿੱਕੀ, ਉਹ ਹਲੇ ਫਰਾਰ ਹੈ ਅਤੇ ਉਸ ਦੀ ਵੀ ਗ੍ਰਿਫਤਾਰੀ ਪਾਈ ਜਾਏਗੀ ਅਤੇ ਅੱਗੇ ਮੈਟਰ ਦੀ ਪੜਤਾਲ ਕਰਕੇ ਸਹੀ ਤੱਥਾਂ ਦੇ ਆਧਾਰ 'ਤੇ ਲੋਜੀਕਲ ਕੰਕਲੂਜਨ 'ਤੇ ਪਹੁੰਚਾਇਆ ਜਾਏਗਾ। ਮਾਡਲ ਟਾਊਨ ਏਰੀਆ ਵਿੱਚ FIR ਨੰਬਰ 27 ਰਜਿਸਟਰ ਕੀਤੀ ਗਈ ਸੀ, ਜਿਸਦੇ ਵਿੱਚ ਇੱਕ ਪਰਮਜੀਤ ਸਿੰਘ ਨੂੰ ਹਿਰਾਸਤ 'ਚ ਲਿਆ ਗਿਆ। ਇਹਨਾਂ ਨੇ ਇੱਕ ਲੇਡੀ ਤੋਂ ਸਨੈਚਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸਦੇ ਕਾਰਨ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਕੇਸ ਰਜਿਸਟਰ ਕੀਤਾ ਗਿਆ। ਇਸ ਤੋਂ ਪਹਿਲਾਂ ਇਸ ਪਰਮਜੀਤ ਸਿੰਘ 'ਤੇ 3 ਹੋਰ ਮੁਕੱਦਮੇ ਨੇ। ਇੱਕ ਹੈ ਡਿਵੀਜ਼ਨ 5 ਵਿੱਚ 420 ਦਾ, ਇੱਕ ਹੈ ਅਜੀਤਵਾਲ ਮੋਗਾ ਵਿੱਚ 420 ਦਾ, ਅਤੇ ਇੱਕ ਹੋਰ ਹੈ ਡਿਵੀਜ਼ਨ 5 ਵਿੱਚ ਜੋ ਚੋਰੀ ਅਤੇ ਇਲੀਗਲ ਜਾਂ ਫਿਰ ਚੋਰੀ ਕੀਤੀ ਹੋਈ ਪ੍ਰੋਪਰਟੀ ਦੀ ਬਰਾਮਦਗੀ ਦੇ ਬਾਰੇ ਹੈ। ਇਸ ਦੇ ਨਾਲ ਇੱਕ ਹੋਰ ਇਸਦਾ ਸਾਥੀ ਸੀ ਜਿਸ ਦੇ ਬਾਰੇ ਵੀ ਹਲੇ ਵੈਰੀਫਿਕੇਸ਼ਨ ਚੱਲ ਰਹੀ ਹੈ। ਇਹਨਾਂ ਕੋਲ 2 ਟੂ ਵੀਲਰਸ ਰਿਕਵਰ ਹੋਏ ਨੇ, ਇੱਕ ਪੈਸ਼ਨ ਮੋਟਰਸਾਈਕਲ ਅਤੇ ਇੱਕ ਸਪਲੈਂਡਰ ਮੋਟਰਸਾਈਕਲ। ਸਰ ਕਿੱਥੇ ਰਹਿਣ ਵਾਲਾ ਹੈ ਜੀ? ਕਿੱਥੋਂ ਰਹਿਣ ਵਾਲਾ ਜੀ? ਇਹ ਸ਼ਿਮਲਾਪੁਰੀ ਏਰੀਆ ਦੇ ਰਹਿਣ ਵਾਲਾ ਹੈ। ਸਰ ਕਿੰਨੇ ਦਿਨ ਤੋਂ ਐਕਟਿਵ ਸੀ ਇਸ ਕੰਮ ਵਿੱਚ? ਇਸ ਤੋਂ ਤੁਸੀਂ ਲਗਾ ਸਕਦੇ ਹੋ ਕਿ ਇਸ ਦੀ ਪਾਸਟ ਹਿਸਟਰੀ ਅਤੇ ਕੇਸ ਦੇਖਦੇ ਹੋਏ ਕਿ ਇਹ 2-3 ਸਾਲ ਤੋਂ ਐਕਟਿਵ ਹੋ ਸਕਦਾ ਹੈ, ਲੇਕਿਨ ਚੋਰੀ ਦੇ ਮਸਲੇ ਵਿੱਚ ਇਸ ਦੀ ਸ਼ਮੂਲੀਅਤ ਲਾਸਟ 1 ਈਅਰ ਦੇ ਵਿੱਚ ਮੰਨੀ ਜਾ ਸਕਦੀ ਹੈ। ਲੁਧਿਆਣਾ ਤੋਂ ਵਿਕਾਸ ਭਾਂਬਰੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।